ਏ ਆਕਾਸ਼वाणी ਜੰਮੂ ਹੈ ਬੜਕ ਖਬਰਾਂ ਜੁੰਦਾ ਸਵਾਗਤ ਪਹਿਲੇ ਖਾਸ ਖਬਰਾਂ ਕਰਨੇ ਮੈਂ ਜਗਮੋਨ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਭਾਰਤੀ ਫੌਜੀਆਂ ਅਸਿਆ ਗਲਵਾਨ ਕਾ ਟਿਚ ਦ ਸਿਕੇ ਦੀ ਦਲੇਰੀ ਦੀ ਬੜੀ ਮਤੀ ਸਰਾਹਨਾ ਕੀਤੀ ਤੇ ਆਖਿਆ ਜੇ ਦੁਨੀਆਂ ਨੂੰ ਭਾਰਤ ਦੀ ਤਾਕਤ ਕੀ ਮੰਨਾ ਕਰਦੀ ਹੈ ਉਹਨੇ ਗਲਵਾਨ ਕਾ ਟਿਦੇਸ਼ੀ ਦੇੰਗੀ ਸ਼ਰਦਾਂਜਲੀ ਪੇਨ ਕੀਤੀ ਤੇ ਆਖਿਆ ਜੇ ਵਿਸਤਾਰਵਾਦ ਦਾ ਦੌਰ ਉਹਨ ਖਤਮ ਹੋ ਚੁਕਿਆ ਦਾ ਹੈ जम्मू कश्मीर अनलॉक दो शुरू राती दस बजे को ले बै पंज बजे तोड़ी आओजाई पर रोक धार्मिक स्थान फिलहाल अगले हुकम तोड़ी बंद रोड जमू कश्मीर च कोरोना एक सौ सत्तर नये मामले सामने आए अजें तोरी एक सौ उन्नीय की मौत पंज हजार पचहत्तर कसरी नरोए भी होल्ख पिछले चौबीय घंटे दौरान भी हजार को मामले सामने आए नरोए होने आलें दी दर सट्ठ शिया सत्त एक प्रतिशत हो गई ਕੋਵਿਡ-19 ਕੀ ਧਿਆਨ ਚ ਰੱਖਦੇ ਹੋਈ ਸਰਕਾਰ ਹੈ ਜੇਈਈ ਤੇ ਨੀਟ ਦੇ ਮਧਿਆਨ ਸਤੰਬਰ ਮਹੀਨੇ ਤੋਂ ਢੋੜੀ ਅਗੜੇ ਪਾਇ ਦਿੱਤੇ ਨ ਖਬਰਾਂ ਦੀ ਤਫਸੀਲ ਕਰਨੇ ਚੰਦਰਕਾਂਤ ਸ਼ਰਮਾ ਪਰ ਚੀਨ ਬੰਨਿਆ ਪਰ ਬਣੀ ਦਿੱਤਨ ਉਤਨੀ ਦੇ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਨ ਧਰਾਵਤ ਇਸੇ ਨ ਪ੍ਰਮੁਖ ਜਨਰਲ ਐਮਐਸ ਨਰਵਣੇਨ ਦੇ ਕਨੇ ਕੱਲ ਚਾਂਚਕ ਲੇ ਦਾ ਦੌਰਾ ਲਾਇਆ ਤੇ ਉੱਥੇ ਜ਼ਮੀਨੀ ਸਤਾ ਪਰ ਬਣੇ ਦੇ ਆਲਾ ਦਾ ਆਪੂ ਜਾਇਜ਼ਾ ਲੇਤਾ ਲੇ ਪੂਜਨੇ ਦੇ ਮਗਰ ਪ੍ਰਧਾਨ ਮੰਤਰੀ ਮੋਦੀ ਹੋਰੇ ਨੀਮੂ ਲਦਾਖ ਸਥਿਤ ਅਗੇਤਰੇ ਫੌਜੀ ਟਿਕਾਣੇ ਦਾ ਦੌਰਾ ਲਾਇਆ 11000 ਫੁੱਟ ਦੀ ਉਚਾਈ ਉਪਸਥਿਤ ਇਹ ਦੁਰਗਮ ਇਲਾਕਾ ਜੰਸਕਰ ਪਹਾੜੀਆਂ ਕਨੈਕਟ ਰਿਹਾ ਹੈ ਤੇ ਸਿੰਧੂ ਨਦੀ ਦੇ ਕੰਢੇ ਉਪਰ ਸਥਿਤ ਹੈ ਪ੍ਰਧਾਨ ਮੰਤਰੀ ਹੋਰੇ ਇਸ ਮੌਕੇ ਉਪਰ ਫੌਜ ਵਾਇਸ ਹੈਨਾ ਆਈਟੀਬੀਪੀ ਦੇ ਜਵਾਨਾਂ ਨਾਲ ਗੱਲਬਾਤ ਵੀ ਕੀਤੀ ਪ੍ਰਧਾਨ ਮੰਤਰੀ ਹੋਰੇ ਨੇ ਸੈਨਾ ਦੇ ਜਵਾਨਾਂ ਗਿਸ ਸੰਬੋਧਿਤ ਕਰਦੀ ਆਖਿਆ ਜੇ ਭਾਰਤੀ ਸੈਨਿਕ ਕੇਂਦਰ ਸਾਹਤ ਹਿੰਮਤ ਤੇ ਦਲੇਰੀ ਉਸ ਚੋਟੀ ਸਾ ਵੀ ਉੱਚੀ ਹੈ ਜੇ ਦੀ ਉਹ ਰੱਖੀ ਕਰਾਰ ਦੇਣ ਪ੍ਰਧਾਨ ਮੰਤਰੀ ਹੋਰੇ ਨੇ ਆਖਿਆ ਜੇ ਲਦਾਖ ਦੀ ਭੂਮੀ ਨੇ ਕੁਸ਼ਲ ਵਕੂਲਾ ਰਿੰਪੋਂਚੇ ਜਨੇ ਮਹਾਨ ਰਾਸ਼ਟਰਪਤ ਦੇਸ਼ ਕੀ ਦਿੱਤੇ ਨੇ ਉਹਨੇ ਆਖਿਆ ਜੇ ਇਹ ਹੁੰਦੇ ਪ੍ਰੇਰਕ ਜਤਨੇ ਦਾ ਇਹ ਨਤੀਜਾ ਹੈ ਜੇ ਦੇਸ਼ ਕੀ ਭਾਰਤੀ ਸੈਨਾ ਕੀ ਲਦਾਖ ਸਕਾਊਟ ਨਾ ਕਰਨੇ ਇੱਕ ਇਨਫੈਂਟਰੀ ਰੈਜੀਮੈਂਟ ਬਣਾਣੇ ਦੀ ਪ੍ਰੇਰਣਾ ਥੋਈ ਗਲਵਾਨ ਘਾਟੀ ਚ ਚੀਨ ਕਰਨੇ ਹੋਈ ਦੀ ਇਨਸੈਕਟ ਜੜਫ ਚ 20 ਜਵਾਨੇ ਦੇ ਸ਼ਹੀਦ ਹੋਏ ਜਾਣੇ ਦੇ ਕੋਈ 20 ਦਿਨੇ ਦੇ ਮਗਰਾ ਪ੍ਰਧਾਨ ਮੰਤਰੀ ਹੋਰੇ ਕੱਲ ਇਹ ਦੌਰਾ ਲਾਇਆ ਹੈ ਪ੍ਰਧਾਨ ਮੰਤਰੀ ਹੋਰੇ ਸੈਨਾ ਦੇ ਜਵਾਨੇ ਕੀ ਸੰਬੋਧਿਤ ਕਰਦੇ ਆਖਿਆ ਜੇ ਭਾਰਤੀ ਸੈਨਿਕਾਂ ਦੀ ਬਹਾਦਰੀ ਦਾ ਕੋਈ ਮੁਕਾਬਲਾ ਨਹੀਂ ਹੈ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਸੈਨਿਕ ਜਿਹੜੀ ਬਹਾਦਰੀ ਹਿੰਮਤ ਤੇ ਦਲੇਰੀ ਦਸੀ ਹੈ ਉਹਦਾ ਸਨੇਹਾ ਪੂਰੀ ਦੁਨੀਆ ਚ ਗਿਆ ਤੇ ਸਾਰੇ ਕੀ ਭਾਰਤ ਦੀ ਤਾਕਤ ਦਾ ਪਤਾ ਲੱਗੇ ਗਿਆ ਉਹਨੇ ਆਖਿਆ ਜੇ ਸੈਨਾ ਦੀ 14ਵੀਂ ਕੋਰ ਦੀ ਬਹਾਦਰੀ ਦੇ ਚਰਚੇ ਅਰਗੋ ਤੇ ਓਂਗਨ ਤੇ ਉਹਦੀ ਬਹਾਦਰੀ ਤੇ ਬਲੀਦਾਨ ਦੀਆਂ ਗਾਥਾਂ ਦੇਸ਼ ਤੇ ਅਰ ਕਰ ਕਰ ਚ ਸੁਨਾਈਆਂ ਜਾਣਗਣ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਇਸ ਦੇਸ਼ ਤੇ ਦੁਸ਼ਮਣ ਸਦਾ ਸਾਡੀ ਸੈਨਾ ਦੇ ਦਿਲੋ ਦਿਮਾਗ ਚ ਹਿੰਮਤ ਤੇ ਬਹਾਦਰੀ ਦੀ ਅਲਕ ਜਗਾਈ ਹੈ ਉਹਨੇ ਆਖਿਆ ਜੇ ਲਦਾਖ ਦੀ ਇਹ ਭੂਮੀ ਭਾਰਤ ਦਾ ਤਾਜ ਹੈ ਇਨੇ ਦੇਸ਼ ਕੀ ਕਈ ਬਹਾਦਰ ਜਵਾਨ ਦਿੱਤ ਨੇ ਸਰ ਮੰਤਰੀ ਹੋਰੇ ਆਖਿਆ ਜੇ ਲਦਾਖ ਦੀ ਭੂਮੀ ਨੇ ਇੱਕ ਇੱਕ ਵਧੀਏ ਵੀਰ ਭਰ ਦੀ ਦਿੱਤਨ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਭਾਰਤ ਮਾਤਾ ਦੇ ਸੇਨਾ ਕੰਨੇਗਾ ਵੀਰ ਸਬੂਤੇ ਦੀ ਮਾਤਾ ਇਹਦਾ ਉਹ ਦੋਨੇ ਦਾ ਬੜਾ ਮਾਣ ਤੇ ਸਨਮਾਨ ਕਰਦੇ ਨੇ ਜੰਮੂ ਕਸ਼ਮੀਰ ਚ ਅਨਲਾਗ 2 ਸ਼ੁਰੂ ਹੋਣ ਕਨੇ ਉਹਨਾਂ ਕਈ ਗੱਲਾਂ ਚ ਕਿਸ਼ਨਰਮੇ ਕੀਤੀ ਗਈ ਹੈ ਜਿਸ ਲੇਕੇ ਕਈ ਚ ਜੇ ਅਜੇ ਵੀ ਬੰਦੀਸ਼ਾਂ ਜਾਰੀ ਰਵੰਗਨ ਅਜੇ ਸੇ ਸ਼ੁਰੂ ਹੋਣ ਵਾਲੇ ਅਨਲਾਗ 2 ਕਨੇ ਲੋਕੋ ਨੇ ਰੈਸਟਰਾਏ ਤੇ ਹੋਟਲ ਨੇ ਚ ਬਣਦੇ ਰੈਸਟਰਾਏ ਚ ਵੀ ਇਨੇ ਥਾਰੇ ਬੋਨੇ ਦੀ ਅਦਿ ਸਮਰਥਕ ਨੇ ਉਥੇ ਰੋਟੀ ਖਾਈ ਸਕਦੇ ਨੇ ਜਿਸ ਲੇ ਕੇ ਹੋਟਲ ਆਪਕਤਾਲੀ ਸੇਵਾਇੰਗੀ 100 ਫੀਸਰ ਸਮਰਥ ਕਰਨੇ ਚਲਾਇ ਜਾ ਸਕਦਾ ਹੈ ਉਨਾਂ ਲੋਕਾਂ ਲਈ ਧਾਰਮਿਕ ਥਾਵਾਂ ਉਪਰ ਆਉਣੇ ਜਾਣ ਦੀ ਅਜੇ ਖੁੱਲ ਨਹੀਂ ਹੋਗ ਤੇ 12 ਤਮਾ ਜੰਮੂ ਕਸ਼ਮੀਰ ਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਕੀ ਅਦੂਤੋੜੀ ਕੁਆਰੰਟਾਈਨ ਚ ਰੱਖਿਆ ਜਾਗੇ ਜਦੋਂ ਤੋੜੀ ਉnde ਕੋਵਿਡ-19 ਤਮਾ ਨੈਗੇਟਿਵ ਹੋਣ ਦੀ ਰਿਪੋਰਟ ਨਹੀਂ ਆਈ ਜਾਂਦੀ ਮੁੱਖ ਸਚੀ ਬੀਵੀਆ ਸੁਬ੍ਰਮਨਿਮੋਰੇ ਅਨਲਾਕ ਦੋ ਬਾਰੇ ਕੱਲ ਇਹ ਤੌਰ ਤਰੀਕੇ ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੈ ਜਿਹੜੇ ਇਸ ਮਹੀਨੇ ਦੀ 31 ਤਾਰੀਖ ਤੋਂ ਲਾਗੂ ਹੋਣਗਣ ਇਹਦੇ ਇਲਾਵਾ ਸਰਕਾਰ ਨੇ ਕੱਲ ਜੰਮੂ ਕਸ਼ਮੀਰ ਕੋਵਿਡ 19 ਦੀ ਨਮੀ ਜ਼ੋਨ ਦੀ ਜਾਣਕਾਰੀ ਵੀ ਜਾਰੀ ਕੀਤੀ ਬਾਂਡੀਪੂਰਾ ਕੀ ਛੋੜੀਏ ਕਸ਼ਮੀਰ ਵਾਦੀ ਦੇ ਬਾਕੀ ਸਾਰੇ ਜ਼ਿਲ੍ਹੇ ਤੇ ਜੰਮੂ ਪ੍ਰਾਂਦੇ ਰਾਮਬਨ ਜ਼ਿਲ੍ਹੇ ਕੀ ਰੈਡ ਜ਼ੋਨ ਚ ਰੱਖਿਆ ਗਿਆ ਹੈ ਜਿਸ ਲੇਕੇ ਕਟੂਆ ਸੰਬਾ ਬਾਂਡੇਪੂਰਾ ਰਿਆਸੀ ਓਦਮਪੁਰ ਪੁੰਚਰ ਜੋਰੀ ਤੇ ਜੰਮੂ ਜ਼ਿਲ੍ਹੇਂ ਕੀ orange zone ਚ ਰੱਖਿਆ ਗਿਆ ਹੈ ਇਹਦੇ ਇਲਾਵਾ ਡੋੜਾ ਤੇ ਕਿਸ਼ਤਵਾਰ ਜ਼ਿਲ੍ਹੇਂ ਕੀ green zone ਚ ਰੱਖਿਆ ਗਿਆ ਹੈ ਉਂਹ ਜੰਮੂ ਕਸ਼ਮੀਰ ਦਾ ਪ੍ਰਵੇਸ਼ ਦੁਆਰ ਲਖਨਪੁਰ ਕਸਬੇ ਕੀ ਅਜੇ ਵੀ red containment zone ਕੋਛਿਤ ਕੀਤਾ ਗਿਆ ਹੈ ਇਹਦੇ ਇਲਾਵਾ ਰਾਤੀ 10 ਵਜੇ ਸ਼ਾਮ ਬੜਲੇ 5 ਵਜੇ ਤੋੜੀ ਸਾਰੀ ਗੈਰ ਜ਼ਰੂਰੀ ਗਤੀਵਿਧੀਆਂ ਪਰ ਰੋਕੋਗ red zone ਕੀ ਛੋੜੀਏ ਬਾਕੀ ਥਾਰੇ ਸ਼ੋਪਿੰਗ ਮਾਲ ਸਮਰਥਾ ਅਧੀਆਂ ਦੁਕਾਨਾਂ ਖੋਲिए ਕੰਮ ਕਰ ਸਕਦੇ ਨੇ ਇਹ ਅਧੀਆਂ ਦੁਕਾਨਾਂ ਬਾਰੀ-ਬਾਰੀ ਇੱਕ ਦਿਨ ਛੱਡੀਏ ਅਗਲੇ ਦਿਨ ਖੁੱਲ੍ਹੇ ਸਕਦੀਆਂ ਨੇ ਸਰਕਾਰ ਨੇ ਸਾਰੇ ਸਕੂਲ ਕਾਲਜ ਕੋਚਿੰਗ ادارے ਆਂਗਣਵਾੜੀ ਕੇਂਦਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਹੁਣ ਸਰਕਾਰ ਆਸੇ ਚਲਾਈ ਜਾ ਰਹੇ ਸਿੱਖਲਾਈ ਸੰਸਥਾਨ ਆਨਲਾਈਨ ਤੇ ਡਿਸਟੈਂਸ ਲਰਨਿੰਗ ਰਾਹੀਂ ਕੰਮ ਕਰਦੇ ਰਹਿਣਗੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਨੇ ਜੰਮੂ ਰਿੰਗ ਰੋਡ ਦੇ ਪਹਿਲੇ ਇਸੇ ਦੀ ਤਿਆਰੀ ਦਾ ਜਾਇਜ਼ਾ ਲੈਂਤਾ ਅਖਨੂਰ ਰੋਡ ਕੋਲਾ ਲਈਏ ਕੋਟ ਬਲਵਾਲ ਤੋੜੀ ਇਸ ਇਸੇ ਦੇ ਜੁਲਾਈ ਮਹੀਨੇ ਦੇ ਮਜਾ ਟੱਚ ਮੁਕੰਮਲ ਹੋ ਜਾਣ ਦੀ ਉਮੀਦ ਹੈ ਜਰਨਲਿਸਟ ਕੇ ਸਰਵੰਦੀ ਭਾਰਤੀ ਪ੍ਰਾਧਿਕਰਨ ਐਨ ਐਚ ਏ ਆਈ ਯਾਸਿਆ ਰਿੰਗ ਰੋਡ ਦਾ ਨਿਰਮਾਣ ਸੰਭਾਜ ਜ਼ਿਲ੍ਹੇ ਚ ਰਾਏ ਮੋੜ ਕੋ ਲਈਏ ਅਖਨੂਰ ਕੋਟ ਬਲਵਾਲ ਥਮਾ ਉਦੋਂ ਹੀ ਨਗਰੋਟਾ ਤੱਕ ਕਰ ਕੀਤਾ ਜਾਗ ਇਸ ਬਾਰੇ ਸਦਿਗੇ ਦੀ ਇੱਕ ਬੈਠਕ ਚ ਐਨ ਐਚ ਏ ਆਈ ਦੇ ਖੇਤਰੀ ਅਧਿਕਾਰੀ ਹੇਮਰਾਜੋ ਨੇ ਜਾਣਕਾਰੀ ਦਿੱਤੀ ਜੇ ਪਰ ਸਰਕਾਰ ਦੀ ਪਾਰਤ ਮਾਲਸਕੀਮ ਤੇ ਜੰਮੂ ਰਿੰਗ ਰੋਡ ਇੱਕ ਮਤ ਕਾਂਚੇ ਰਾਸ਼ਟਰੀ ਪਰियोजना ਹੈ ਜਿਹਦਾ ਮਕਸਦ ਜੰਮੂ ਸ਼ਹਿਰ ਅੱਜ ਗੱਡੀਆਂ ਦੇ ਆਉਣੇ ਜਾਣੇਗੀ ਥੋੜਾ ਕੱਟ ਕਰਨਾ ਹੈ ਮਹਿਕਮਾ ਰਾਈਬਾਏ ਦੇ ਪ੍ਰਧਾਨ ਸਜੀਵ ਨਵੀਨ ਕੁਮਾਰ ਚੋਧਰੀਓ ਨੇ ਕੱਲ ਐਨ ਐਮ ਐਸਏ ਦੀ ਪਰਵੇਸ਼ ਸਤਾਦੀ ਕਾਰਜਕਾਰੀ ਕਮੇਟੀ ਤੇ ਕਨੇ ਰਾਈਬਾਏ ਦੇ ਖੇਤਰ ਚ ਈ ਸ਼ਾਸਨ ਕਾਰਜਕ੍ਰਮ ਸਰਵੰਧੀ ਰਾਸ਼ਟਰੀ ਕਾਰਜਕ੍ਰਮ ਦੀ ਪਰਦੇਸ਼ ਸਤਾਦੀ ਬਾਖਤਿਆਰ ਕਮੇਟੀ ਦੀ ਬੈਠਕ ਦੀ ਪ੍ਰਧਾਨਤਾ ਕੀਤੀ ਜਿਹੜੀ ਇਸ ਸਰਵੰਧੀ ਸਕੀਮਿਓ ਉਪਰ ਕਾਰਜ ਯੋਜਨਾ ਕੀ ਮਨਜ਼ੂਰੀ ਦੇਣ ਲਈ ਸਦਕੇ ਦੀ ਨਵੀਨ ਚੋਧਰੀਓ ਨੇ ਇਨ ਸਕੀਮੇ ਦੀ ਅਸਰਦਾਰ ਟੰਗਾਸਿਰ ਅਮਲ ਆਵਰੀ ਉਪਰ ਜ਼ੋਰ ਦਿੱਤਾ ਤਾਂਜੇ ਇੰਦੇ ਲਾਭਪਲਿਆ ਐਟਲੀ ਸਤਾ ਪਰ ਪਹੁੰਚੀ ਸਕਣ ਉਹਨੇ ਮਿੱਟੀ ਦੀ ਪਰਖ ਕਰਨੇ ਤੇ ਜ਼ਮੀਨ ਚ ਲੋੜੀਂਦੀ ਮਿqdਾਰ ਚ ਨਮੀ ਬਣਾਈ ਰੱਖਣੇ ਤੇ ਅਜਿਹਾ ਕਲਾ ਦੇ ਢੰਗ ਤਰੀਕੇ ਸਿਰਸਤੇ ਅਪਣਾਏ ਕੁਦਰਤੀ ਸੰਸਾਧਨ ਨੇ ਬਸੀਲੇ ਨੇ ਰੱਖੀ ਹਫਾਜ਼ਤ ਉਪਰ ਚੇਚਾ ਜ਼ੋਰ ਪਰ ਆ ਉਹਨਿਆ ਆਖਿਆ ਜੇ ਐਨ ਐਮ ਐਸ ਐ ਸਕੀਮ ਟੁਕੋਦਾ ਕਰੀਏ ਉਹਨੇ ਇਲਾਕੇ ਲਈ ਤਿਆਰ ਕੀਤੀ ਗਈ ਦੀ ਹੈ ਜਿਹੜੇ ਬਰਖਾ ਦੇ ਪਾਣੀ ਪਰ ਨਿਰਭਰ ਕਰਦੇ ਨੇ ਜਿਹੜੇ ਤਹਿਤ ਪਾਣੀ ਜਮ ਕਰੀ ਰੱਖਣੇ ਮਿੱਟੀ ਦੇ ਨੇ ਰੋਇਪਾਂ ਦੀ ਜਾਂਚ ਕਰਨੇ ਉਹਦੀ ਤਾਸੀਰ ਮੁਜੂਵ ਫਸਲਾਂ ਦੀ ਰੜ ਤੇ ਸੰਗਠਿਤ ਰਾਈ ਬਾਈ ਉਪਰ ਮਤਦਾਨ ਦਿੱਤਾ ਜਾਂਦਾ ਹੈ ਬੈਠਕ ਚ 2020-21 ਬਾਰੇ ਲਈ ਇਹਨੇ ਦੋਨੇ ਕਾਰਗ੍ਰਮਿਤ ਤਹਿਤ 37 ਕਰੋੜ 317000 ਰੁਪਏ ਦੀ ਮਨਜ਼ੂਰੀ ਦੇ ਦਿੱਤੀ ਗਈ ਇੱਕ ਖਬਰਾਂ ਤੋਂ ਆਕਾਸ਼ਵਾਣੀ ਜਮੂਥਮਾ ਸੁਨਾਰਦੇ ਹੋ ਤੇ ਓਨ ਬਾਕੀ ਦੀਆਂ ਖਬਰਾਂ ਕਰਨੇ ਜਗਮਨ ਸ਼ਰਮਾ जम्मू कश्मीर च कोविड नाइन्टीन के कल एक सौ नमें पॉजिटिव मामले सामने आने कुल पॉजिटिव मामले की गिनरी अट्ठ हजार उन्नी हो गई है मामले चा बताली जम्मू एक सौ कश्मीर प्रांत इन्हें अठ हजार उन्नी मामले चा दो हजार अट्ठ सौ पंजी सक्रिय मामले जल्ले कि पंज हजार पचहत्तर नरो सौ उन्नी मौत हो गई है मरौने शा चौदह जम्मू त 105 कश्मीर प्रांत एक सौ एक हो मरीजें नरोए होने मगरा कल जम्मू कश्मीर के बस्पतालों छुट्टी दे दी गई जम्मू ते कुंजा कश्मीर प्रांत तई मुल्ख पिछले चौवी घंटे दौरान कोविड 19 के भीह हजार नौ सौ त्रै मामले सामने आए हैं जन कुल मामले की गिनतरी छह लख पंजी हजार सौ चुताली हो गई है इंते चा दो हजार चार सौ सक्रिय मामले ਨਰਦਾਖਣਾਏ ਜੇ ਦੇਸ਼ આજ ਕੋਵਿਡ-19 ਦੇ 379892 ਮਰੀਜ਼ ਨਰੋਏਗੇ ਦਿਨ ਤੇ ਕੋਵਿਡ-19 ਦੇ ਮਰੀਜ਼ਾਂ ਦੇ ਨਰੋਇਓ ਨੇ ਦਿਦਾਰ ਉਨ ਹੋਰ ਬਿਹਤਰ ਹੋਈ 60.73% ਹੋਈ ਹੈ ਮੁਲਕਾ ਜਪਿਸ਼ਟ ਚੋ ਵਿਕੈਂਟ ਦੇ ਦੌਰਾਨ ਕੋਵਿਡ-19 ਕਰਨੇ 379 ਜਨ ਦੇ ਜਾਨ ਗਈ ਹੈ ਤੇ ਇਸ ਲਾਗ ਕਾਰਨ ਮਰੋਣੇ ਵਾਲੇ ਦੀ ਕੁੱਲ ਤਦਾਦ 18213 ਹੋਈ ਗਈ ਹੈ ਕੈਬਨਿਟ ਸਚਿਵ ਰਹੇ ਕਾਲੇ ਨੂੰ ਉੱਚੀ ਸਤਿ ਦੀ ਬੈਠਕ 'ਚ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਕਨੇ ਕੋਵਿਡ-19 ਥਾਮਾ ਨਿਭੜਨੇ ਦੀ ਤਿਆਰੀਆਂ ਦੀ ਸਮੀਖਿਆ ਕੀਤੀ। ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਜੇ ਕੋਵਿਡ-19 ਦੇ ਮਰੀਜ਼ਾਂ ਦੀ ਤੌਲੇ ਪੰਛਾਨ ਤੇ ਸਮੇਂ ਸਿਰ ਕਲੀਨਿਕਲ ਪ੍ਰਬੰਧਨ ਕਾਰਨ ਰੋਜ਼ਾਨਾ ਨਰੋਏ 11 ਦੇ ਅੰਕਿਤ ਦਰਜ ਵੀ ਬਾਦਵਾ ਆ ਗਿਆ ਦੇਸ਼ਾਚ ਕੋਵਿਡ 19 ਸ਼ ਨਰੋਏ 11 ਦੇ ਦਰ 60.7% ਖਤਮ ਹੋ ਗਈ ਦੀ ਹੈ ਅਧਿਕਾਰੀ ਨੇ ਦੱਸਿਆ ਜੇ ਅਜੇ 2 ਲੱਖ 27000 ਸ਼ ਮਤੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਸਿਰਜਨ ਤੋੜੀ ਕੋਵਿਡ 19 ਦੇ ਕੋਈ 93 ਲੱਖ ਨਮੂਨੇ ਦੀ ਜਾਂਚ ਕੀਤੀ ਜਾ ਚੁੱਕੀ ਦੀ ਹੈ ਇਹਦੇ ਲਈ ਦੇਸ਼ਾਚ ਕੋਈ 1000 74 ਜਾਂਚ ਲੈਬਾਰਟਰੀਆਂ ਕਾਇਮ ਕੀਤੀਆਂ ਗਈਆਂ ਨੇ ਜਿੰਦੇ ਚ 775 ਸਰਕਾਰੀ ਤੇ 299 ਨਿੱਜੀ ਖੇਤਰ ਦੀਆਂ ਲੈਬਾਰਟਰੀਆਂ ਸ਼ਾਮਲ ਨਾ ਕੇਂਦਰ ਸਰਕਾਰ ਹੈ ਕੋਵਿਡ-19 ਮਹਾਮਾਰੀ ਕੀ ਧਿਆਨ ਅਚ ਰਖਤੇ ਹੋਈ ਜੀਈਈ ਤੇ ਨੀਟ ਦੇ ਮਤਿਆਨ ਆਗਰੇ ਪਾਇ ਦੇਨੇ ਦੀ ਕੋਸ਼ਿਸ਼ ਨਾ ਕੀਤੀ ਹੈ। ਉਨ ਜੀਈਈ ਦੇ ਮੇਨ ਮਤਿਆਨ ਇਸ ਪਰ 1 ਸਤੰਬਰ ਕੋ ਲਾ ਲੀਏ 6 ਸਤੰਬਰ ਤੋੜੀ ਲਾਤੇ ਜਾਗਨ ਜਿਸ ਲਈ ਕਿ ਜੀਈਈ ਦਾ ਐਡਵਾਂਸ ਮਤਿਆਨ 27 ਸਤੰਬਰ 2020 ਕੀ ਲਾਤਾ ਜਾਗ। ਇਸ ਸੇ ਚਾਲੀ ਡਾਕਟਰੀ ਦੇ ਦਾਖਲਾ ਮਤਿਆਨ ਐਨਈਈਟੀ 13 ਸਤੰਬਰ ਕੀ ਹੋਗ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨੇ ਸ਼ੰਕੋਰੇ ਇਸ ਬਾਰੇ ਇੱਕ ਟਵੀਟ ਚ ਆਖਿਆ ਜੇ ਇਹ ਫੈਸਲਾ ਵਿਦਿਆਰਥੀ ਦੀ ਸੁਰੱਖਿਆ ਕੀ ਧਿਆਨ ਰਖਤੇ ਹੋਈ ਤਕਨੇ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਲਤਾ ਗਿਆ ਹੈ ਸਰਕਾਰਾਂ ਜੰਦੇ ਰੋਜ਼ ਮਾਹਿਰਾਂ ਦੀ ਇੱਕ ਕਮੇਟੀ ਖੜੇ ਰਹੀਏ ਉਸੇ ਸਥਿਤੀ ਦਾ ਜਾਇਜ਼ਾ ਲਈਏ ਇਸ ਬਾਰੇ ਆਪਣੇ ਸੁਝਾਅ ਦੇਣ ਲਈ ਆਖਿਆ ਹ ਜਿਨੇ ਇਹ ਮਤਿਆਨ ਅਗੜੇ ਪਾਣ ਦੀ ਸਿਫਾਰਿਸ਼ ਕੀਤੀ ਹੀ ਕਰਸਾਨੇ ਦੀ ਭਲਾਈ ਵੇਤਰੀ ਤੇ ਰਾਈਬਾਈ ਸਰਬੰਦੀ ਮਹਿਕਮੇ ਦੇ ਪ੍ਰਧਾਨ ਸੱਜੇਵ ਨਵੀਨ ਕੇ ਚੌਧਰੀਓ ਨੇ ਸ਼ੇਰ-ਏ-ਕਸ਼ਮੀਰ ਐਗਰੀਕਲਚਰ ਯੂਨੀਵਰਸਿਟੀ ਚ ਕੱਲ ਲੱਗੀ ਦੀ ਇੱਕ ਬੈਠਕਾ ਚ ਕਰਸਾਨੇ ਦੀ ਆਉਂਦਨ ਦੂਨੀ ਕਰਨ ਲਈ ਆਤਮ ਨਿਰਭਰ ਭਾਰਤ ਸਕੀਮ ਦੀ ਅਸਰਦਾਰਤਾ ਗੈਸਰ ਅਮਲਾਵਰੀ ਪਰ ਜ਼ੋਰ ਦਿੱਤਾ। ਉਹਨੇ ਮਹਿਕਮਾ ਰਾਈਬਾਈ ਦੇ ਡਾਇਰੈਕਟਰ ਕੀ ਆਖਿਆ ਜੇ ਆਪ ਸਹਾਇਤਾ ਸਮੂਹੇਗੀ ਆਪਣੇ ਉਤਪਾਦਨ ਬਾਜ਼ਾਰਾਂ ਤੇ ਗਰ ਪੁਜਾਨੇ ਚ ਮਦਦ ਕੀਤੀ ਜਾ ਤਾਂ ਜੇ ਉਦਮੀ ਦਾ ਉਸਲਾ ਵਾਦੀ ਸਕੇ। ਉਹਨੇ ਫਲ ਅਤੇ ਸਬਜ਼ੀ ਲਈ ਸਰਦਖਾਨੇ ਦੀ ਉਪਲਬਧਤਾ ਚ ਸੁਧਾਰ ਆਉਣੇ ਪਰ ਵੀ ਜ਼ੋਰ ਦਿੱਤਾ ਤੇ ਆਖਿਆ ਜੇ ਨਮੀਆਂ ਤਕਨੀਕਾਂ ਦੇ ਬਾਰੇ ਵਿੱਚ ਸਰਕਾਰੀ ਜਾਣਕਾਰੀ ਦੇਣ ਲਈ 250 ਪੰਚਾਇਤਾਂ ਦੀ ਤਾਲ ਕੀਤੀ ਜਾ ਬਿਹਤਰ ਨਤੀਜੇ ਹਾਸਲ ਕਰਨ ਲਈ ਉਹਨੇ ਯੂਨੀਵਰਸਿਟੀ ਤੇ ਵਿਭਾਗ ਦੇ ਸਾਇੰਸਦਾਨ ਨੇ ਬੁਸ਼ਕਾਰ ਬਿਹਤਰ ਤਾਲਮੇਲ 'ਤੇ ਵੀ ਜ਼ੋਰ ਦਿੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜੇਪੀ ਸ਼ਰਮਾ ਉਹਨੇ ਰਲੀ ਮਿਲੀ ਦੀ ਫਸਲਾਂ ਦੀ ਰਾੜ ਕਰਨੇ ਨਮੀਆਂ ਤਕਨੀਕਾਂ ਦਾ ਇਸਤੇਮਾਲ ਕਰਨੇ ਤੇ ਦੇਸੀ ਹਲ ਦਾ ਇਸਤੇਮਾਲ ਕਰਦੀ ਹੋਈ ਜੈਵਿਕ ਖੇਤੀ ਉਤਪਾਦਨ ਦੀ ਸੁਰੋਤਾ 'ਤੇ ਜ਼ੋਰ ਦਿੱਤਾ ਇਹਦੀ ਕਨੇਡਾ ਦੀਆਂ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ